ਜਦੋਂ ਮੈਂ ਨਿੱਕਾ ਸਾਂ ਤਾਂ ਸਾਡੇ ਵੇਲੇ 3 ਟੀਕੇ ਲਗਾਏ ਜਾਂਦੇ ਸਨ ਹੈਜਾ ਟਾਈਫਾਇਡ ਅਤੇ ਮਾਤਾ ਪਾਵ ਸਮਾਲ ਪਾਕਸ ਹੁਣ ਤਾਂ ਬੇਅੰਤ ਵੈਕਸੀਨਾ ਬਣ ਗਈਆਂ ਹਨ ਬੱਚੇ ਦੇ ਜੰਮਦਿਆਂ ਹੀ ਇਹਨਾਂ ਦੇ ਉੱਤੇ ਹਮਲੇ ਹੋਣੇ ਸ਼ੁਰੂ ਹੋ ਜਾਂਦੇ ਹਨ ਰਿਕਾਰਡ ਬਣ ਜਾਂਦੇ ਹਨ ਇਹ ਤਸੱਲੀ ਕਰਨ ਲਈ ਕਿ ਹਰ ਬੱਚਾ ਹੁਕਮ ਕੀਤੇ ਕੁੱਲ ਟੀਕੇ ਲਵਾ ਚੁੱਕਾ ਹੈ ਵੈਕਸੀਨਾਂ ਦੀਆਂ ਬਣ ਗਈਆਂ ਇੱਕ ਨੀਮ ਹਕੀਮੀ ਦੀ ਹੱਦ ਤੱਕ ਜਾ ਪਹੁੰਚੀਆਂ ਹਨ ਟੀਵੀ ਅਤੇ ਖ਼ਬਰਾਂ ਵੈਕਸੀਨਾਂ ਦੇ ਇਸ਼ਤਿਹਾਰਾਂ ਨਾਲ ਭਰੀਆਂ ਰਹਿੰਦੀਆਂ ਹਨ ਵੈਕਸੀਨਾਂ ਦਾ ਇਤਿਹਾਸ ਕੋਈ ਸਿੱਧਾ ਪੱਧਰਾ ਨਹੀਂ ਬੜੀ ਬਾਰ ਇਹ ਨਾ ਕੇਵਲ ਰੋਗ ਰੋਕਣ ਵਿੱਚ ਫੇਲ ਹੋਈਆਂ ਸਗੋਂ ਇਹਨਾਂ ਦੇ ਕਾਰਨ ਰੋਗ ਖਿਲਰਨ ਵਿੱਚ ਮਦਦ ਮਿਲੀ ਅਮਰੀਕਾ ਵਿੱਚ 1960 ਵਿੱਚ ਲੱਭੀ ਗਈ ਪੋਲੀਓ ਵੈਕਸੀਨ ਦੇ ਵਿੱਚ ਐਸਵੀ40 ਨਾਂ ਦੀ ਵਾਇਰਸ ਦੀ ਮਿਲਾਵਟ ਹੈ ਜਿਸ ਦੇ ਨਾਲ ਕੈਂਸਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ ਜਦੋਂ ਇਹ ਤੱਥ ਲੱਭਿਆ ਤਦੋਂ ਤੱਕ ਕਰੋੜਾਂ ਬੱਚਿਆਂ ਨੂੰ ਟੀਕੇ ਲੱਗ ਚੁੱਕੇ ਸਨ 1871-72 ਵਿੱਚ ਇੰਗਲੈਂਡ ਵਿੱਚ ਕੁੱਲ ਵਸੋਂ ਨੂੰ ਚੇਚਕ ਦੇ ਟੀਕੇ ਲਗਾਏ ਗਏ ਉਸ ਪਿੱਛੋਂ ਚੇਚਕ ਦੀ ਬਿਮਾਰ ਨਾਲ 45000 ਮੌਤਾਂ ਹੋਈਆਂ ਇਸੇ ਤਰ੍ਹਾਂ ਜਰਮਨ ਵਿੱਚ 125000 ਮੌਤਾਂ ਹੋਈਆਂ 1940 ਵਿੱਚ ਜਰਮਨੀ ਨੇ ਡਿਫਥਰੀਆ ਦੇ ਟੀਕੇ ਚਾਲੂ ਕਰ ਦਿੱਤੇ 1945 ਤੱਕ ਡਿਫਥਰੀਆ ਮੌਤਾਂ ਦੀ ਗਿਣਤੀ 40000 ਤੋਂ ਵੱਧ ਕੇ 250000 ਤੱਕ ਜਾ ਪਹੁੰਚੀ 1967 ਵਿੱਚ ਅਫਰੀਕੀ ਦੇਸ਼ ਕਾਨਾ ਨੇ ਐਲਾਨ ਕੀਤਾ ਜੋ ਵਿਸ਼ਵ ਸਿਹਤ ਸੰਸਥਾ WHO ਦੀ ਮਦਦ ਨਾਲ ਖਸਰਾ ਭਾਬ ਮੀਜ਼ਲਜ ਰੋਗ ਦਾ ਖਾਤਮਾ ਕੀਤਾ ਗਿਆ ਹੈ ਉਸੇ ਹੀ ਸਾਲ ਕਾਨਾ ਵਿੱਚ ਖਸਰੇ ਮੀਜ਼ਲਜ ਨੇ ਭਾਰੀ ਹਮਲਾ ਕੀਤਾ ਜਿਸ ਕਾਰਨ ਸਧਾਰਨ ਨਾਲੋਂ ਕਿਤੇ ਵੱਧ ਮੌਤਾਂ ਹੋਈਆਂ ਬੈਕਸੀਨ ਵਾਲੇ ਤਾਂ ਇਹ ਕਹਿ ਕੇ ਹੱਥ ਸਾਫ਼ ਕਰ ਗਏ ਕਿ ਜੇ ਵੈਕਸੀਨ ਨਾ ਹੁੰਦੀ ਤਾਂ ਮੌਤਾਂ ਕਿਤੇ ਵੱਧ ਹੋਣੀਆਂ ਸਨ 1977 ਜੌਨ ਸਾਲਕ ਜਿਸ ਨੇ ਪੋਲੀਓ ਵੈਕਸੀਨ ਬਣਾਈ ਸੀ ਆਪਣੇ ਹੋਰ ਸਾਥੀਆਂ ਨਾਲ ਸੌਂ ਖਾ ਕੇ ਬਿਆਨ ਦਿੱਤਾ ਕਿ 1961 ਤੋਂ 1977 ਤੱਕ ਦੇ ਬਹੁਤੇ ਪੋਲੀਓ ਕੇਸ ਅਮਰੀਕਾ ਵਿੱਚ ਉਸੇ ਦੀ ਵੈਕਸੀਨ ਕਾਰਨ ਹੋਏ ਸਨ ਕਹਿੰਦੇ ਨੇ ਅਮਰੀਕਾ ਵਿੱਚ ਐਫ ਡੀ ਏ ਦਵਾਈਆਂ ਉੱਤੇ ਕੜੀ ਨਿਗਰਾਨੀ ਰੱਖਦੀ ਹੈ 1970 ਭਾਰਤ ਵਿੱਚ ਟੀਵੀ ਦੇ ਵੈਕਸੀਨ ਕਰਵਾਏ 250000 ਲੋਕਾਂ ਦਾ ਜਾਇਜ਼ਾ ਲਿਆ ਗਿਆ ਨਾ ਵੈਕਸੀਨ ਲੋਕਾਂ ਦੇ ਮੁਕਾਬਲੇ ਵੈਕਸੀਨ ਲੱਗਿਆਂ ਅੰਦਰ ਟੀਵੀ ਦੀ ਬਿਮਾਰੀ ਵੱਧ ਦੇਖੀ ਗਈ ਅੱਜ ਕੱਲ ਤਾਂ ਹਰ ਬੱਚੇ ਨੂੰ BCG ਦਾ ਟੀਕਾ ਲੱਗਿਆ ਹੁੰਦਾ ਹੈ ਤਾਂ ਵੀ ਬਸ ਉਹਦੇ ਅੰਦਰ ਬੇਅੰਤਾਂ ਨੂੰ ਟੀਵੀ ਦਾ ਰੋਗ ਢਾ ਲੈਂਦਾ ਹੈ ਇਸ ਉੱਤੇ ਵਧੇਰੇ ਖੋਜ ਕਰਨ ਦੀ ਲੋੜ ਹੈ 1978 ਅਮਰੀਕਾ ਦੇ 30 ਪ੍ਰਾਂਤਾਂ ਵਿੱਚ ਇੱਕ ਸਰਵੇ ਅਨੁਸਾਰ ਅੱਧੇ ਤੋਂ ਵੱਧ ਖਸਰੇ ਦੇ ਰੋਗੀ ਉਹ ਹੁੰਦੇ ਹਨ ਜਿਨ੍ਹਾਂ ਨੂੰ ਇਸ ਰੋਗ ਵਿਰੁੱਧ ਵੈਕਸੀਨ ਲਗਾਈ ਜਾ ਚੁੱਕੀ ਹੁੰਦੀ ਹੈ 1981 ਫਰਵਰੀ ਅਮਰੀਕਨ ਮੈਡੀਕਲ ਐਸੋਸੀਏਸ਼ਨ ਅਨੁਸਾਰ 90% ਔਰਤਾਂ ਅਤੇ ਬੱਚਿਆਂ ਦੇ ਡਾਕਟਰ ਆਪਣੇ ਆਪ ਨੂੰ ਰੋਬੈਲਾ ਵੈਕਸੀਨ ਲਵਾਉਣ ਤੋਂ ਨਾ ਕਰਦੇ ਹਨ ਇਸ ਦੇ ਉਲਟ ਆਪਣੇ ਇਲਾਜ ਥੱਲੇ ਰੋਗੀਆਂ ਨੂੰ ਇਹ ਟੀਕੇ ਧੜਾ ਧੜ ਲਗਾਈ ਜਾਂਦੇ ਹਨ 1979 ਸਵੀਡਨ ਨੇ ਕਾਲੀ ਖੰਗ ਦੇ ਟੀਕੇ ਵਰਤਨੇ ਬੰਦ ਕਰਵਾ ਦਿੱਤੇ। ਉਹਨਾਂ ਦੇਖਿਆ ਕਿ 1978 ਵਿੱਚ ਹੁੰਦੇ 5140 ਕਾਲੀ ਖੰਗ ਦੇ 84% ਰੋਗੀ ਬੱਚਿਆਂ ਨੂੰ ਕਾਲੀ ਖੰਗ ਦੇ ਤਿੰਨ ਤਿੰਨ ਟੀਕੇ ਲੱਗ ਚੁੱਕੇ ਸਨ। BMJ 1981 1987 ਅਮਰੀਕਾ ਦੀ ਡੀਪੀਟੀ ਦੇ ਟੀਕੇ ਦਾ ਮੁੱਲ 11 ਸੈਂਟ ਤੋਂ ਵਧਾ ਕੇ 11 ਡਾਲਰ 100 ਗੁਣਾ ਕਰ ਦਿੱਤਾ ਗਿਆ। ਇਸ ਦੇ ਵਿੱਚੋਂ ਹਰ ਟੀਕੇ ਪਿੱਛੇ 8 ਡਾਲਰ ਉਹਨਾਂ ਮੁਕੱਦਮਿਆਂ ਨੂੰ ਨਜਿੱਠਣ ਲਈ ਰੱਖੇ ਗਏ ਜੋ ਬੱਚਿਆਂ ਦੀਆਂ ਵੈਕਸੀਨਾਂ ਦੀ ਵਰਤੋਂ ਉਪਰੰਤ ਮੌਤ ਜਾਂ ਦਿਮਾਗੀ ਹਾਨੀ ਹੋਣ ਦੀ ਹਾਲਤ ਵਿੱਚ ਮਾਪਿਆਂ ਨੇ ਕੰਪਨੀ ਉੱਤੇ ਕੀਤੇ ਹੁਣ ਦੇ ਸੋਧੇ ਕਾਨੂੰਨ ਅਨੁਸਾਰ ਅੱਜ ਕਿਸੇ ਵੀ ਦਵਾਈ ਨਾਲ ਹਾਨੀ ਹੋਣ ਉੱਤੇ ਕੰਪਨੀ ਉੱਤੇ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ 1990 ਅਮਰੀਕਨ ਮੈਡੀਕਲ ਐਸੋਸੀਏਸ਼ਨ ਦੇ ਜਰਨਲ ਵਿੱਚ ਛਪਿਆ ਹਾਲਾਂਕਿ 95% ਸਕੂਲ ਜਾਂਦੇ ਬੱਚਿਆਂ ਨੂੰ ਖਸਰੇ ਦੇ ਟੀਕੇ ਲੱਗੇ ਹੋਏ ਸਨ ਤਾਂ ਵੀ ਵੈਕਸੀਨ ਲੱਗੇ ਬੱਚਿਆਂ ਵਿੱਚ ਥਾ-ਥਾ ਉੱਤੇ ਖਸਰਾ ਜ਼ੋਰਦਾਰ ਢੰਗ ਨਾਲ ਫੁੱਟਿਆ ਹੈ 1994 ਨਿਊ ਇੰਗਲੈਂਡ ਮੈਡੀਕਲ ਜਰਨਲ ਅਨੁਸਾਰ 80% ਉਨ੍ਹਾਂ 5 ਸਾਲ ਦੇ ਹੇਠਾਂ ਬੱਚਿਆਂ ਨੂੰ ਕਾਲੀ ਖੰਗ ਹੋਈ ਜਿਨ੍ਹਾਂ ਨੂੰ ਰੋਕਥਾਮ ਦੇ ਟੀਕੇ ਪਹਿਲਾਂ ਲੱਗੇ ਹੋਏ ਸਨ ਨਵੰਬਰ 2000 ਅਮਰੀਕੀ ਫਿਜੀਸ਼ੀਅਨ ਅਤੇ ਸਰਜਨ ਐਸੋਸੀਏਸ਼ਨ ਨੇ ਆਪਣੇ 57ਵੇਂ ਸੈਂਟ ਲੂਇਸ ਦੇ ਅਜਲਾਸ ਵਿੱਚ ਇੱਕ ਆਵਾਜ਼ ਨਾਲ ਮਤਾ ਪਾਸ ਕੀਤਾ ਕਿ ਬੱਚਿਆਂ ਲਈ ਲਾਜ਼ਮੀ ਟੀਕਿਆਂ ਦੀ ਹੜੇਤਾ ਖਤਮ ਹੋਣੀ ਚਾਹੀਦੀਆਂ ਹਨ 2009 ਹੋਰ ਬਥੇਰੀਆਂ ਉਦਾਹਰਨਾਂ ਨੇ ਪਰ ਚੱਲੋ ਅੱਜ ਦੀ ਸਵਾਇਨ ਫਲੂ ਬਾਲ ਚੱਲੀਏ 1976 ਵਿੱਚ ਅਮਰੀਕਾ ਵਿੱਚ ਸਵਾਇਨ ਫਲੂ ਦੀ ਕਿਆਮਤ ਦਾ ਰੌਲਾ ਪਿਆ ਜਾਂ ਪੜੋ ਪਾਇਆ ਗਿਆ 2 ਕਰੋੜ ਵੈਕਸੀਨ ਖੁਰਾਕਾਂ ਤਿਆਰ ਕਰਕੇ 4 ਕਰੋੜ ਲੋਕਾਂ ਨੂੰ ਟੀਕੇ ਲਗਾ ਵੀ ਦਿੱਤੇ ਗਏ ਪਰ ਆਪ ਉਹ ਦਰੇ ਸਾਈਨ ਫਲੂ ਨੇ ਕੰਪਨੀਆਂ ਵੱਲੋਂ ਚਾਲੂ ਕੀਤੀ ਭਗੜੜ ਦਾ ਸਾਥ ਨਹੀਂ ਦਿੱਤਾ ਅਤੇ ਆਪਣੇ ਆਪ ਗਾਇਬ ਹੀ ਹੋ ਗਿਆ 16 ਕਰੋੜ ਖੁਰਾਕਾਂ ਬਚ ਰਹੀਆਂ ਅੱਜ ਸਾਇਦ ਉਹੀ ਬਚ ਰਹੀਆਂ ਵੈਕਸੀਨਾਂ ਕੰਪਨੀਆਂ ਨੂੰ ਢੇਰ ਮੁਨਾਫੇ ਦੇ ਰਹੀਆਂ ਹਨ ਵੱਡੀਆਂ ਸਰਕਾਰਾਂ ਅਤੇ WHO ਕੋਲੋਂ ਸਵਾਇਨ ਫਲੂ ਦੀ ਬਵਾ ਫੁੱਟਣ ਦਾ ਭਿਆਨਕ ਹੋਕਾ ਅਤੇ ਉਸ ਤੋਂ ਬਚਣ ਲਈ ਵੈਕਸੀਨ ਦੇ ਟੀਕੇ ਲਗਾਉਣ ਦੀ ਬਕਾਲਤ ਵੀ ਕੰਪਨੀਆਂ ਵੱਲੋਂ ਭਾਰੀ ਦਬਾਅ ਕਰਕੇ ਹੋਈ ਹੈ। ਬਠੇਰੀਆਂ ਸਰਕਾਰਾਂ ਨੇ ਆਪਣੇ ਲੋਕਾਂ ਦੇ ਇਮਾਨਤੀ ਬਜਟ ਨੂੰ ਡਾਕਾ ਮਾਰ ਕੇ ਵੈਕਸੀਨਾਂ ਦੇ ਭੰਡਾਰ ਬਣਾ ਲਏ ਹਨ। ਸਾਡੇ ਦੇਸ਼ ਵਿੱਚ ਵੀ ਸਵਾਇਨ ਫਲੂ ਨੂੰ ਇੰਨਾ ਉਛਾਲਿਆ ਗਿਆ ਮੀਡੀਆ ਦੀ ਮਿਹਰਬਾਨੀ ਨਾਲ ਕਿ ਸਕੂਲ ਕਾਲਜ ਠੱਪ ਹੋ ਗਏ। ਲੋਕਾਂ ਦੀ ਆਵਾਜ਼ਾਈ ਘਟ ਗਈ ਅਤੇ ਬਾਹਰੋਂ ਸੈਲਾਨੀ ਆਉਣੇ ਘਟ ਗਏ ਇਸ ਪਿੱਛੋਂ ਸਰਕਾਰ ਨੂੰ ਹੋਸ਼ ਆਈ ਤਾਂ ਐਲਾਨ ਹੋਇਆ ਕਿ ਇਸ ਫਲੂ ਤੋਂ ਡਰਨ ਦੀ ਲੋੜ ਨਹੀਂ ਅਤੇ ਸਬਾਏ ਮਾਮੂਲੀ ਇਤਿਆਦ ਤੋਂ ਹੋਰ ਕੁਝ ਕਰਨ ਦੀ ਲੋੜ ਨਹੀਂ ਸਵਾਇਨ ਫਲੂ ਦੀ ਆਫਤ ਦੇ ਢੰਡੋਰੇ ਪਿੱਛੋਂ ਹੁਣ ਦੀਆਂ ਹਦਾਇਤਾਂ ਇਹ ਹਨ ਜੇ ਤੁਹਾਨੂੰ ਛਾਤੀ ਵਿੱਚ ਪੀੜ ਹੋਵੇ ਸਾਹ ਔਖਾ ਆਉਂਦਾ ਹੋਵੇ ਲਗਾਤਾਰ ਉਲਟੀਆਂ ਆਈ ਜਾਣ ਅਤੇ ਬੁਖਾਰ ਵਧਦਾ ਜਾਵੇ ਤਾਂ ਹਸਪਤਾਲ ਦੇ ਐਮਰਜੈਂਸੀ ਕਮਰੇ ਵਿੱਚ ਜਾਣਾ ਚਾਹੀਦਾ ਹੈ ਜਰਾ ਸੋਚੋ ਬਾਬਾਦੀ ਸੂਰਤ ਵਿੱਚ ਇੱਕ ਐਮਰਜੈਂਸੀ ਕਮਰੇ ਜਾਂ ਕਮਰਿਆਂ ਵਿੱਚ ਹਜ਼ਾਰਾਂ ਲੱਖਾਂ ਕਰੋੜਾਂ ਅਤੇ ਅਰਬਾਂ ਲੋਕ ਕਿਵੇਂ ਸਮਾ ਜਾਣਗੇ ਡਾਕਟਰ ਆਪ ਕਿੰਨੇ ਬਾਚ ਰਹਿ ਕੇ ਡਿਊਟੀ ਉੱਤੇ ਆ ਸਕਣਗੇ ਹਸਪਤਾਲਾਂ ਵਿੱਚੋਂ ਤਾਂ ਉਲਟੀਆਂ ਦੀ ਸਫਾਈ ਨਹੀਂ ਹੋ ਸਕਣੀ ਬਾਬਾ ਦੇ ਭਿਆਨਕ ਨਕਸ਼ੇ ਪਿੱਛੇ ਉਨ੍ਹਾਂ 16 ਕਰੋੜ ਵੈਕਸੀਨ ਖਰਾਕਾਂ ਦੀ ਵਿਕਰੀ ਦਾ ਮਸਲਾ ਹੈ ਜੋ 1976 ਵਿੱਚ ਵਚ ਰਹੀਆਂ ਸਨ ਵੈਕਸੀਨ ਟੀਕਿਆਂ ਦੀ ਵਰਤੋਂ ਪਿੱਛੇ ਜਿਹੜੇ ਮਾੜੇ ਅਸਰ ਬਿਆਨਤ ਲੋਕਾਂ ਵਿੱਚ ਦੇਖੇ ਜਾਣਗੇ ਉਹ ਆਉਂਦੇ ਸਮਿਆਂ ਵਿੱਚ ਵੀ ਕੰਪਨੀਆਂ ਦੀ ਕਮਾਈ ਵਿੱਚ ਵਾਧਾ ਪਾਉਂਦੇ ਰਹਿਣਗੇ ਗਿਣਤੀ ਕੀਤੀ ਗਈ ਹੈ ਕਿ ਸਵਾਈਨ ਫਲੂ ਤੋਂ ਇੱਕ ਮੌਤ ਰੋਕਣ ਲਈ 2 ਲੱਖ ਲੋਕਾਂ ਨੂੰ ਵੈਕਸੀਨ ਟੀਕੇ ਲਾਉਣੇ ਪੈਣਗੇ ਇੰਨਾ ਵਿੱਚੋਂ ਕਿੰਨੇ ਲੋਕਾਂ ਨੂੰ ਵੈਕਸੀਨ ਦੇ ਅਣਸੁਖਾਵੇ ਅਸਰ ਹੋਣਗੇ ਉਹਨਾਂ ਲੋਕਾਂ ਦੀ ਕਾਹਨ ਸਾਲ ਲਵੇਗਾ ਹੋ ਸਕਦਾ ਹੈ ਕਿ ਜਿੱਥੇ ਵੈਕਸੀਨ ਦੇ ਨਾਲ 2 ਲੱਖ ਲੋਕਾਂ ਪਿੱਛੇ ਇੱਕ ਬਚ ਜਾਵੇ ਉੱਥੇ ਇਹਨਾਂ 2 ਲੱਖ ਪਿੱਛੇ 10 ਲੋਕ ਵੈਕਸੀਨ ਦੇ ਮੰਦੇ ਅਸਰ ਕਾਰਨ ਮਰ ਜਾਣਗੇ ਜਨਤਾ ਦੀ ਸਿਹਤ ਆਮ ਸਮਝ ਨਾਲ ਨਹੀਂ ਬਲਕਿ ਸਿਆਸਤ ਉੱਤੇ ਆਧਾਰੀ ਗਈ ਹੈ ਸਿਆਸਤ ਕਹਿੰਦੀ ਹੈ ਕਰੋ ਕੁਝ ਕਰੋ ਕਿਉਂਕਿ ਇਹ ਲੋਕਾਂ ਦੀ ਮੰਗ ਹੈ ਅਸਲੀਅਤ ਇਹ ਹੈ ਕਿ ਕੁਝ ਨਾ ਕਾਰਨ ਵਿੱਚ ਹੀ ਲੋਕਾਂ ਦੀ ਭਲਾਈ ਹੈ ਇਹ ਲੇਖ ਮੈਂ ਤੁਹਾਨੂੰ ਡਾਕਟਰ ਦਲਜੀਤ ਸਿੰਘ ਜੀ ਦੀ ਕਿਤਾਬ ਦੂਜਾ ਪਾਸਾ ਵਿੱਚੋਂ ਪੜ੍ਹ ਕੇ ਸੁਣਾਇਆ ਹੈ ਅੱਜ ਦੇ ਸਮੇਂ ਵਿੱਚ ਵੈਕਸੀਨਾਂ ਬਾਰੇ ਦਿੱਤੀ ਇਹ ਜਾਣਕਾਰੀ ਮੈਨੂੰ ਲੱਗਦਾ ਹੈ ਕਿ ਹਰ ਇੱਕ ਮਨੁੱਖ ਕੋਲ ਹੋਣੀ ਚਾਹੀਦੀ ਹੈ ਇਸੇ ਲਈ ਹੀ ਇਹ ਤੱਥਾਂ ਦੇ ਨਾਲ ਭਰਪੂਰ ਲੇਖ ਮੈਂ ਤੁਹਾਡੇ ਸਾਹਮਣੇ ਰੱਖਿਆ ਹੈ ਇਸ ਤਰ੍ਹਾਂ ਦੇ ਅੱਖਾਂ ਖੋਲ ਦੇ ਲੇਖਾਂ ਦੇ ਨਾਲ ਭਰਪੂਰ ਡਾਕਟਰ ਦਿਲਜੀਤ ਸਿੰਘ ਜੀ ਦੀਆਂ ਦੋ ਹੋਰ ਕਿਤਾਬਾਂ ਸੱਚ ਦੀ ਭਾਲ ਵਿੱਚ ਅਤੇ ਬਦੀ ਦੀ ਜੜ ਵੀ ਪੜਨ ਯੋਗ ਨੇ ਜਿੰਨਾ ਵਿੱਚੋਂ ਸਮੇਂ-ਸਮੇਂ ਅਨੁਸਾਰ ਇੱਕ-ਇੱਕ ਕਰਕੇ ਲੇਖ ਮੈਂ ਆਪਣੇ ਇਸ YouTube ਚੈਨਲ ਤੇ ਅਪਲੋਡ ਕਰਦਾ ਰਹਿੰਦਾ ਹਾਂ ਅਜਿਹੀਆਂ ਜਾਣਕਾਰੀਆਂ ਭਰਪੂਰ ਵੀਡੀਓਜ਼ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਇਸ ਵੀਡੀਓ ਨੂੰ ਆਪਣੇ ਹਰ ਇੱਕ ਕੰਟੈਕਟ ਦੇ ਨਾਲ ਸਾਂਝਾ ਕਰਨਾ ਤਾਂ ਕਿ ਜੋ ਸਾਨੂੰ ਦਿਸਦਾ ਹੈ ਜਾਂ ਦਿਖਾਇਆ ਜਾਂਦਾ ਹੈ ਉਸ ਦਾ ਦੂਜਾ ਪਾਸਾ ਵੀ ਅਸੀਂ ਦੇਖ ਸਕੀਏ ਇਸ ਵੀਡੀਓ ਨੂੰ ਇੱਥੋਂ ਤੱਕ ਦੇਖਣ ਤੇ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਧੰਨਵਾਦ ਜੀ